ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਕੰਨਿਆ ਨੂੰ ਕਿੱਦਾਂ ਦਾ ਪਤੀ ਮਿਲਣ ਵਾਲਾ ਹੈ। ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਬਹੁਤ ਸਾਰੀਆਂ ਕੁੜੀਆਂ ਜਦੋਂ ਵੀ ਸਾਨੂੰ ਟੇਵਾ ਦਿਖਾਉਣ ਆਉਂਦੀਆਂ ਤਾਂ ਉਹਨਾਂ ਦਾ ਪਹਿਲਾ ਸਵਾਲ ਹੁੰਦਾ ਹੈ ਕਿ ਗੁਰੂ ਜੀ ਦੱਸੋ ਕਿ ਕਿੱਦਾਂ ਦਾ ਪਤੀ ਮਿਲੇਗਾ, ਸਾਨੂੰ ਪਿਆਰ ਕਰੇਗਾ ਕਿ ਨਹੀਂ ਕਰੇਗਾ, ਕੇਅਰ ਕਰੇਗਾ ਕਿ ਨਹੀਂ ਕਰੇਗਾ। ਸੋ ਅੱਜ ਦਾ ਟੌਪਿਕ ਵਿਸ਼ੇਸ਼ ਇਸੇ 'ਤੇ। ਸਭ ਤੋਂ ਪਹਿਲਾਂ ਜਦੋਂ ਵੀ ਜਨਮ ਕੁੰਡਲੀ ਦਾ ਆਪਾਂ ਗੱਲ ਕਰਦੇ ਹਾਂ ਕਿ ਕਿਹੜਾ ਭਾਵ ਸ਼ਾਦੀ ਦਾ, ਤਾਂ ਸੱਤਵਾਂ ਭਾਵ ਹੁੰਦਾ ਹੈ। ਜਦੋਂ ਵੀ ਸੱਤਵੇਂ ਭਾਵ ਦੇ ਵਿੱਚ ਬ੍ਰਹਸਪਤੀ ਬਲਵਾਨ ਬੈਠਾ ਹੋਏ ਤਾਂ ਕੰਨਿਆਂ ਨੂੰ ਨਿਸ਼ਚਿਤ ਰੂਪ ਦੇ ਵਿੱਚ ਇੱਕ ਬਹੁਤ ਸੋਹਣੀ ਅਤੇ ਅਟਰੈਕਟਿਵ ਪਰਸਨੈਲਿਟੀ ਵਾਲਾ ਪਤੀ ਮਿਲਦਾ ਹੈ। ਫਿਰ ਉਹ ਉੱਚਾ ਰਾਜ ਅਧਿਕਾਰੀ ਹੁੰਦਾ ਹੈ ਅਤੇ ਧਨਵਾਨ ਵੀ ਹੁੰਦਾ ਬਹੁਤ ਜ਼ਿਆਦਾ। ਆਮ ਤੌਰ 'ਤੇ ਉਹਨੂੰ ਸਾਹਿਤ ਦੇ ਵਿੱਚ ਅਤੇ ਕਵਿਤਾ ਦੇ ਵਿੱਚ ਵਿਸ਼ੇਸ਼ ਉਹਦਾ ਇੰਟਰਸਟ ਹੁੰਦਾ ਹੈ। ਫਿਰ ਜਦੋਂ ਵੀ ਬੁੱਧ ਸੱਤਵੇਂ ਭਾਵ ਦੇ ਵਿੱਚ ਹੁੰਦਾ ਤਾਂ ਕੰਨਿਆਂ ਦੇ ਪਤੀ ਨੂੰ ਜਿਹੜਾ ਹੈ ਵਿੱਦਿਆ ਬੁੱਧੀ ਉਹਦੇ ਵਿੱਚ ਬਹੁਤ ਹੀ ਵੱਧ ਚੜ੍ਹ ਕੇ ਸਭ ਕੁਛ ਮਿਲਦਾ ਹੈ। ਸਾਰੇ ਕੰਮਾਂ ਦੇ ਵਿੱਚ ਬਹੁਤ ਟ੍ਰੇਨਡ ਹੁੰਦਾ ਹੈ, ਅੱਛੀਆਂ ਕੁਆਲਿਟੀਜ਼ ਵਾਲਾ ਹੁੰਦਾ, ਅਮੀਰ ਹੁੰਦਾ ਅਤੇ ਉਹ ਜਿਹੜਾ ਹੈ ਆਮ ਤੌਰ 'ਤੇ ਚੰਗਾ ਹੀ ਉਹਦੀ ਨੇਚਰ ਹੁੰਦੀ ਹੈ। ਫਿਰ ਸੱਤਵੇਂ ਭਾਵ ਦੇ ਵਿੱਚ ਮੰਗਲ ਬੈਠਾ ਹੋਵੇ ਤਾਂ ਕੰਨਿਆਂ ਦਾ ਪਤੀ ਜਿਹੜਾ ਹੈ ਉਹ ਗੁਲਾਬੀ ਰੰਗ ਵਾਲਾ ਹੁੰਦਾ, ਬੜਾ ਗੋਰਾ ਗੋਰਾ ਜਿਹਾ। ਸੋ ਗੱਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਚੁਸਤ ਹੁੰਦਾ, ਲੇਕਿਨ ਕੁਛ ਦੁਸ਼ ਪ੍ਰਵਿਰਤੀ ਦਾ ਵੀ ਕਈ ਵਾਰੀ ਹੁੰਦਾ, ਆਲਸੀ ਵੀ ਹੋ ਜਾਂਦਾ, ਝਗੜਾਲੂ ਵੀ ਹੋ ਜਾਂਦਾ। ਫਿਰ ਸੱਤਵੇਂ ਭਾਵ ਦੇ ਵਿੱਚ ਜਦੋਂ ਵੀ ਚੰਦਰਮਾ ਬੈਠਾ ਹੋਏ ਤਾਂ ਇੱਕ ਕੰਨਿਆਂ ਦਾ ਪਤੀ ਬਹੁਤ ਅਟਰੈਕਟਿਵ ਲੇਕਿਨ ਬਹੁਤ ਕਮਜ਼ੋਰ ਹੁੰਦਾ ਹੈ। ਹਮੇਸ਼ਾ ਉਹਨੂੰ ਜਿਹੜਾ ਹੈ ਯੌਨ ਤ੍ਰਿਪਤੀ ਦੇ ਲਈ ਉਹ ਪਾਗਲ ਹੋਇਆ ਰਹਿੰਦਾ, ਯਾਨੀ ਕਿ ਫਿਜ਼ੀਕਲ ਰਿਲੇਸ਼ਨ ਬਣਾਉਣ ਲਈ ਹਰ ਟਾਈਮ ਹੀ ਉਹਨੂੰ ਉਦੋਂ ਇਲਾਵਾ ਸੋਚਦਾ ਹੀ ਕੁਛ ਨਹੀਂ ਹੈ, ਅਤੇ ਲੇਕਿਨ ਅਲੱਗ ਅਲੱਗ ਰੋਗਾਂ ਦੇ ਨਾਲ ਉਹ ਗ੍ਰਸਤ ਹੋ ਜਾਂਦਾ ਹੈ। ਸੋ ਜੇ ਜਨਮ ਕੁੰਡਲੀ ਦੇ ਸੱਤਵੇਂ ਘਰ ਦੇ ਵਿੱਚ ਸੂਰਜ ਬੈਠਾ ਹੋਵੇ ਤਾਂ ਐਸੀ ਹਾਲਤ ਦੇ ਵਿੱਚ ਵੀ ਜਿਹੜਾ ਹੈ ਆਮ ਤੌਰ 'ਤੇ ਕੰਨਿਆਂ ਦਾ ਪਤੀ ਜਿਹੜਾ ਹੈਗਾ ਉਹ ਗੋਰੇ ਰੰਗ ਦਾ ਹੁੰਦਾ, ਸੁੰਦਰ ਹੁੰਦਾ, ਚੰਗੇ ਕੱਦ ਕਾਠਦਾ ਹੁੰਦਾ, ਲੇਕਿਨ ਬਹੁਤ ਹੀ ਜ਼ਿਆਦਾ ਕਾਮੁਕ ਹੁੰਦਾ। ਉਹਨੂੰ ਜਿਹੜਾ ਫਿਜ਼ੀਕਲੀ ਅਟਰੈਕਸ਼ਨ, ਫਿਜ਼ੀਕਲ ਰਿਲੇਸ਼ਨਸ ਉਹਦੇ ਵੱਲ ਉਹਦਾ ਬਹੁਤ ਧਿਆਨ ਹੁੰਦਾ, ਅਤੇ ਨਾਲ ਦੀ ਨਾਲ ਉਹ ਗੁੱਸਾ ਕਰਨ ਵਾਲੇ ਵੀ ਬਹੁਤ ਜ਼ਿਆਦਾ ਹੁੰਦਾ। ਸੋ ਸੱਤਵੇਂ ਭਾਵ ਦੇ ਵਿੱਚ ਜਦੋਂ ਸ਼ੁੱਕਰ ਬੈਠਾ ਹੁੰਦਾ ਤਾਂ ਕੰਨਿਆਂ ਦਾ ਪਤੀ ਬਹੁਤ ਜ਼ਿਆਦਾ ਸੁੰਦਰ ਹੁੰਦਾ, ਚੰਗੀ ਡਰੈਸਿੰਗ ਦਾ ਉਹ ਸ਼ੌਕੀਨ ਹੁੰਦਾ, ਇਸਤਰੀਆਂ ਨੂੰ ਬਹੁਤ ਜ਼ਿਆਦਾ ਐਸਾ ਬੰਦਾ ਪ੍ਰਿਯ ਹੁੰਦਾ। ਸੋ ਫਿਰ ਜਿੰਨੇ ਵੀ ਪ੍ਰਾਈਵੇਟ ਕਸ਼ਣ ਹੁੰਦੇ ਆ ਰਾਤ ਦੇ, ਉਹਦੇ ਵਿੱਚ ਉਹ ਬਹੁਤ ਜ਼ਿਆਦਾ ਦਿਲਚਸਪੀ ਰੱਖਣ ਵਾਲਾ ਹੁੰਦਾ, ਮਨੋਰੰਜਨ ਜਿਹੜਾ ਹੈਗਾ ਉਹਦੇ ਵਿੱਚ ਸਮਾਂ ਬਤੀਤ ਕਰਨ ਵਾਲਾ ਹੁੰਦਾ ਅਤੇ ਧੰਨਵਾਦ ਹੁੰਦਾ। ਜੇ ਕੰਨਿਆਂ ਦੀ ਕੁੰਡਲੀ ਦੇ ਵਿੱਚ ਸੱਤਵੇਂ ਭਾਵ ਦੇ ਵਿੱਚ ਸ਼ਨੀ ਮਹਾਰਾਜ ਬੈਠੇ ਹੋਣ ਤਾਂ ਕੰਨਿਆਂ ਦਾ ਪਤੀ ਉਹਦੇ ਤੋਂ ਜ਼ਿਆਦਾ ਉਮਰ ਦਾ ਹੁੰਦਾ ਅਤੇ ਬਹੁਤ ਕਮਜ਼ੋਰ ਵੀ ਹੁੰਦਾ, ਫਿਰ ਰੰਗ ਵੀ ਉਹਦਾ ਡਾਰਕ ਹੁੰਦਾ ਅਤੇ ਪਾਪੀ ਇਨਸਾਨ ਹੁੰਦਾ, ਇੱਦਾਂ ਦਾ ਹੋ ਜਾਂਦਾ। ਜੇ ਕੁੰਡਲੀ ਦੇ ਸੱਤਵੇਂ ਭਾਵ ਦੇ ਵਿੱਚ ਰਾਹੂ ਜਾਂ ਕੇਤੂ ਹੋਵੇ ਤਦ ਕੰਨਿਆਂ ਨੂੰ ਇੱਦਾਂ ਦਾ ਪਤੀ ਮਿਲਦਾ ਜਿਹਦੀ ਬੁੱਧੀ ਅੱਛੀ ਨਹੀਂ ਹੁੰਦੀ, ਉਹ ਦੁਸ਼ਟ, ਪਾਪੀ, ਨੀਚ ਅਤੇ ਬੁਰੇ ਕਰਮਾਂ ਦੇ ਨਾਲ ਧਨ ਕਮਾਉਣ ਵਾਲਾ ਹੋ ਜਾਂਦਾ ਹੈ। ਸੋ ਦੋਸਤੋ, ਅਸੀਂ ਸਾਰੇ ਹੀ ਜਦੋਂ ਕੰਕਲੂਜ਼ਨ ਕੱਢਦੇ ਹਾਂ ਤਾਂ ਸਾਰੇ ਗ੍ਰਹਿਆਂ ਦੀਆਂ ਦ੍ਰਿਸ਼ਟੀਆਂ, ਦ੍ਰਿਸ਼ਟੀ ਸੰਬੰਧ ਦੇਖ ਕੇ ਹੀ ਕੰਕਲੂਜ਼ਨ 'ਤੇ ਪਹੁੰਚਦੇ ਹਾਂ ਕਿ ਕਿੱਦਾਂ ਦਾ ਪਤੀ ਮਿਲ ਸਕਦਾ ਹੈ। ਸੋ ਜੇ ਕਿਸੇ ਵੀ ਕੰਨਿਆਂ ਦੇ ਟੇਵੇ ਦੇ ਵਿੱਚ ਕੋਈ ਇੱਦਾਂ ਦਾ ਮਾੜਾ ਯੋਗ ਬਣਦਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ। 6 ਮਹੀਨੇ ਪਹਿਲਾਂ ਹੀ ਵਿਆਹ ਦੇ ਪਲੈਨਿੰਗਸ ਤੋਂ ਜੇ ਤੁਸੀਂ ਉਪਾਏ ਕਰਨੇ ਸ਼ੁਰੂ ਕਰ ਦਿੰਦੇ ਹੋ ਤਾਂ ਪਰਮਾਤਮਾ ਨੇ ਸੁਣਨਾ ਅਤੇ ਉਹ ਜ਼ਰੂਰ ਤੁਹਾਡੀ ਸੁਣੇਗਾ, ਐਸਾ ਸਾਡਾ ਯਕੀਨ ਹੈਗਾ। ਸੋ ਦੱਸਿਓ ਕਿੱਦਾਂ ਲੱਗਿਆ ਅੱਜ ਦਾ ਐਪੀਸੋਡ, ਜੇ ਵਧੀਆ ਲੱਗਿਆ ਤਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਸਾਡਾ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੇਮ ਨਾਮ ਤੋਂ ਸਾਡਾ ਫੇਸਬੁੱਕ ਪੇਜ ਹੈ, ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ, ਅਤੇ ਜਦੋਂ ਵੀ ਸਾਡੇ ਕੋਲ ਆਉਂਦੇ ਹੋ ਅਸੀਂ ਇੱਕ ਵਿਸ਼ੇਸ਼ ਪਲਾਂਟ ਤੁਹਾਨੂੰ ਗਿਫਟ ਕਰਦੇ ਹਾਂ, ਆਹ ਲਾਉਣਾ ਨਾ ਭੁੱਲਿਓ। ਅਤੇ ਇਸ ਤੋਂ ਇਲਾਵਾ ਸਾਡੀ ਇੱਕ ਵਿਸ਼ੇਸ਼ ਸਿੱਧ ਕੀਤੀ ਧੂਣੀ, ਤੁਸੀਂ ਲੈ ਕੇ ਨਜ਼ਰ ਦੋਸ਼, ਵਾਸਤੂ ਦੋਸ਼, ਤੰਤਰ ਦੋਸ਼, ਨੈਗਟਿਵਿਟੀ ਇਹਨੂੰ ਦੂਰ ਕਰ ਸਕਦੇ ਹਾਂ। ਅਤੇ ਅੱਜ ਕੱਲ੍ਹ ਸਾਡੀ ਇੱਕ ਵਿਸ਼ੇਸ਼ ਸਕੀਮ ਦੇ ਵਿੱਚ ਅਸੀਂ ਸਾਰਿਆਂ ਨੂੰ ਹੀ ਜਿਹੜਾ ਸਾਡੇ ਕੋਲ ਐਂਟੀ ਏਜਿੰਗ ਕਰੀਮ ਦੇ ਰਹੇ ਹਾਂ, ਅਤੇ ਨਾਲ ਨਾਲ ਇੱਕ ਚੰਦਨ ਦੀ ਧੂਫ ਦੇ ਰਹੇ ਹਾਂ, ਅਤੇ ਇੱਕ ਜਿਹੜਾ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਸ਼ੈਂਪੂ ਹੈ ਇਹ ਵੀ ਨਾਲ ਦੇ ਰਹੇ ਹਾਂ, ਜਿਹੜਾ ਕੋਕੋ ਨਟ ਦਾ ਹੈ। ਸੋ ਇਹ ਵੀ ਤੁਸੀਂ ਲੈਣਾ ਨਾ ਭੁੱਲਿਓ। ਸਕਰੀਨ 'ਤੇ ਸਾਡੇ ਨੰਬਰਸ ਹੈ, ਜੇ ਕਦੀ ਵੀ ਮਿਲਣਾ ਹੋਵੇ ਤਾਂ ਟਾਈਮ ਲੈ ਕੇ ਆ ਕੇ ਮਿਲ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਸਾਡੇ ਤੋਂ ਲੈ ਸਕਦੇ ਹੋ। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਵੀ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋਜੂਗੀ, ਧੀਆਂ ਨੂੰ ਕੁੱਖਾਂ 'ਚ ਤਾਂ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ, ਅਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਹੀ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।